200 ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ। ਪਿਛਲੇ ਦਿਨੀ ਦੇਰ ਸ਼ਾਮ ਹੁਸ਼ਿਆਰਪੁਰ ਦੇ ਕਸਬਾ ਕਮਾਹੀ ਦੇਵੀ ਵਿੱਚ 20-25 ਸ਼ਰਾਰਤੀ ਨੌਜਵਾਨ ਤੇਜ਼ ਧਾਰ ਹਥਿਆਰਾਂ ਲੈ ਕੇ ਸੜਕਾਂ 'ਤੇ ਘੁੰਮ ਰਹੇ ਸੀ, ਜਿਨ੍ਹਾਂ ਨੂੰ ਰੋਕਣ ਲਈ ਨਾਲ ਲੱਗਦੇ ਦੁਕਾਨਦਾਰਾਂ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਕਰ ਰਹੇ ਹੋ ਤਾਂ ਇਸ ਜਗ੍ਹਾ 'ਤੇ ਹੁੱਲੜਬਾਜ਼ੀ ਅਤੇ ਗਾਲਾਂ ਨਾ ਕੱਢੋ। ਪਰ ਉਹਨਾਂ ਨੌਜਵਾਨਾਂ ਨੇ ਦੁਕਾਨਦਾਰਾਂ ਨੂੰ ਵੀ ਧਮਕਾਇਆ ਅਤੇ ਕਿਹਾ ਜਿਸ ਨੂੰ ਮਰਜ਼ੀ ਬੁਲਾ ਲਵੋ, ਅਸੀਂ ਤਾਂ ਇਸੇ ਤਰ੍ਹਾਂ ਹੀ ਕਰਾਂਗੇ। ਇਹ ਸਾਰੀ ਘਟਨਾ ਲਾਗੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ, ਜੋ ਕਿ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੇ। ਇਸ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਵੀ ਦਿੱਤੀ ਗਈ, ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਘਟਨਾ ਵਾਲੀ ਜਗ੍ਹਾ 'ਤੇ ਨਹੀਂ ਆਇਆ। ਤਕਰੀਬਨ 4:30-5 ਵਜੇ ਦੇ ਟਾਈਮ ਦੇ ਵਿੱਚ ਕੋਈ 25-30 ਜਣੇ ਤੇਜ਼ਧਾਰ ਹਥਿਆਰ, ਕੋਈ ਡਾਟ, ਕੋਈ ਡੰਡੇ ਲੈ ਕੇ ਇੱਥੇ ਆ ਕੇ ਗਾਲਾਂ ਗਲੋਚ ਕੱਢਣ ਲੱਗ ਪਏ। ਆਪਾਂ ਅੰਦਰ ਬੈਠੇ ਸੀ, ਅੰਦਰੋਂ ਜਦੋਂ ਮੈਂ ਬਾਹਰ ਨਿਕਲਿਆ ਤਾਂ ਬੜੀਆਂ ਗੰਦੀਆਂ ਅਪਸ਼ਬਦ ਗਾਲਾਂ ਕੱਢਦੇ ਪਏ ਸੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਾਹਤੋਂ ਇੱਥੇ ਗਾਲਾਂ ਕੱਢਦੇ, ਉਹ ਕਹਿੰਦੇ ਸਾਨੂੰ ਕੋਈ ਨਹੀਂ ਰੋਕ ਸਕਦਾ। ਅਸੀਂ SHO ਸਾਹਿਬ ਦੀ ਉਹਨਾਂ ਨੂੰ ਧਮਕੀ ਵੀ ਦਿੱਤੀ, ਥਾਣੇ ਪ੍ਰਸ਼ਾਸਨ ਦੀ ਧਮਕੀ ਦਿੱਤੀ। ਉਹ ਕਹਿੰਦੇ ਸਾਨੂੰ ਕੋਈ ਕੁਛ ਨਹੀਂ ਕਰ ਸਕਦਾ, ਤੁਸੀਂ ਜਿੱਥੇ ਕਰਨਾ ਜੋ ਕਰਨਾ ਕਰ ਲਵੋ। ਅਤੇ ਅਸੀਂ ਬਹੁਤ ਇਸ ਵੇਲੇ, ਸਾਡਾ ਬਾਜ਼ਾਰ ਇੱਕ ਕੰਢੀ ਏਰੀਏ ਦੇ ਵਿੱਚ ਰਹਿੰਦੇ ਹਾਂ, ਅਸੀਂ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਰਹਿੰਦੇ ਹਾਂ। ਅਸੀਂ ਅਪੀਲ ਕਰਦੇ ਹਾਂ ਕਿ ਇੱਦਾਂ ਦੇ ਮਾਹੌਲ ਨੂੰ ਥੋੜ੍ਹਾ ਠੱਲ ਪਾਈ ਜਾਵੇ, ਜਿਹੜਾ ਗੁੰਡਾਗਰਦੀ ਰਾਜ ਆਉਂਦਾ ਪਿਆ ਸਾਡੇ ਏਰੀਏ 'ਚ। ਅਤੇ ਅਸੀਂ ਪ੍ਰਸ਼ਾਸਨ ਨੂੰ ਵੀ ਅਤੇ ਹਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਦੇ 'ਤੇ ਥੋੜ੍ਹੀ ਠੱਲ ਪਾਈ ਜਾਵੇ। ਪ੍ਰਸ਼ਾਸਨ ਦਾ ਅਧਿਕਾਰੀ ਦਾ ਫੋਨ ਆਇਆ ਸੀ SHO ਸਾਹਿਬ ਦੇ ਕਿ ਆਪਾਂ ਬੰਦਾ ਭੇਜਦੇ ਪਏ ਹਾਂ, ਕਿਸੇ ਸਰਪੰਚ ਸਾਹਿਬ ਦੀ ਇੱਧਰ ਹੁਸ਼ਿਆਰਪੁਰ ਵਿਖੇ ਹੱਤਿਆ ਹੋ ਗਈ ਸੀ, ਉਹਦੇ ਮੁਤਲਕ ਉੱਧਰ ਡਿਊਟੀਆਂ ਲੱਗੀਆਂ ਸੀ, ਇਹ ਹਜੇ ਤੱਕ ਸਰ ਪਹੁੰਚਿਆ ਨਹੀਂ, ਫੋਨ ਆਇਆ ਸੀ ਜ਼ਰੂਰ। ਮੰਗ ਅਸੀਂ ਇਹੀ ਕਰਦੇ, ਸਾਡਾ ਸ਼ਾਂਤਮਈ ਕੰਢੀ ਏਰੀਆ ਹੈ, ਇਹਦੇ ਵਿੱਚ ਇੱਦਾਂ ਦਾ ਗੁੰਡਾਗਰਦੀ ਤੇਜ਼ਧਾਰ ਹਥਿਆਰ ਵਾਲੇ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ। ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਕੁੱਲਗੜੀ ਅਧੀਨ ਪੈਂਦੇ ਬਸਤੀ ਵਿੱਚ 2 ਧੜਿਆਂ ਵਿੱਚ ਹੋਈ ਲੜਾਈ ਵੀਡੀਓ ਹੋਈ ਵਾਇਰਲ, ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਕਰਵਾਇਆ ਗਿਆ ਦਾਖਲ। 2 ਗੁੱਟਾਂ ਵਿਚਾਲੇ ਹੋਈ ਲੜਾਈ ਵਿੱਚ ਕੁਝ ਲੋਕ ਜ਼ਖਮੀ ਹੋ ਗਏ, ਲੜਾਈ ਦੀ ਵੀਡੀਓ ਵੀ ਵਾਇਰਲ ਹੋਈ ਹੈ। ਪੀੜਤ ਨੇ ਦੱਸਿਆ ਕਿ ਇਹ ਲੜਾਈ ਬਿਜਲੀ ਦੇ ਜ਼ਿਆਦਾ ਬਿੱਲ ਕਾਰਨ ਹੋਈ ਹੈ। ਦਰਅਸਲ ਨਾਲ ਲੱਗਦੇ ਘਰ ਦੇ ਇੱਕ ਗੁੱਟ ਦੇ ਇੱਕ ਨੌਜਵਾਨ ਨੇ ਤਾਰਾਂ ਪਾ ਦਿੱਤੀਆਂ ਸਨ, ਬਿਜਲੀ ਕਨੈਕਸ਼ਨ 10,000 ਰੁਪਏ ਦੇ ਕੇ ਬਿਜਲੀ ਦਾ ਬਿੱਲ ਲਿਆ ਸੀ, ਜਿਸੇ ਘਰ ਤਾਰ ਸੀ ਦੂਜੇ ਧੜੇ ਨੇ ਕੱਟ ਦਿੱਤੀ। ਇਸ ਨੂੰ ਲੈ ਕੇ 2 ਧੜਿਆਂ ਵਿੱਚ ਬੁਰੀ ਤਰ੍ਹਾਂ ਜੰਮ ਕੇ ਲੜਾਈ ਹੋ ਗਈ। ਮੈਂ ਕੁੱਲਗੜੀ ਬਸਤੀ ਚਾਲ ਰਿਹਾ ਸਰ। ਤਕਰੀਬਨ ਮੈਂ 7:30 ਵਜੇ ਘਰ ਆ ਗਿਆ ਸੀਗਾ, ਅਤੇ ਸਾਡੇ ਘਰ ਚਾਚਾ ਜੀ ਦੀ ਡੈਥ ਹੋਈ ਸੀ, ਭੋਗ ਦਾ ਪ੍ਰੋਗਰਾਮ ਸੀਗਾ ਜੀ, ਅਤੇ ਨਾ ਸਬਜ਼ੀ ਪਾਣੀ ਬਣਾ ਰਹੇ ਸੀ, ਅਤੇ ਮੈਂ ਆ ਕੇ ਰੋਟੀ ਹਲੇ ਖਾਧੀ ਆ, ਅਤੇ ਜਦੋਂ ਬਾਹਰ ਜਾ ਕੇ ਦੇਖਿਆ ਬਾਹਰ ਰੌਲਾ ਪੈ ਰਿਹਾ ਸੀਗਾ, ਅਤੇ ਬਾਹਰ ਉਹਨਾਂ ਨੇ ਕੰਧ ਢਾਹ ਕੇ ਨਾ ਚਾਚੇ ਦਾ ਮੁੰਡਾ ਸੀ ਜਿਹੜਾ ਉਹਦੇ ਗਲ ਪਿਆ, ਅਤੇ ਮੈਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਘਰੇ ਪਾਇਆ ਫਿਰ ਉਹਨੂੰ ਜਾ ਕੇ ਮੁੰਡੇ ਨੂੰ ਕੁੱਟ ਰਹੇ ਸੀ ਉਹਨੂੰ। ਉਹ ਪਿੰਡ ਦੇ ਮੰਗੇ ਸੀਗੇ, ਕਾਸ਼ ਉਹਦਾ ਨਾਂ ਵਾ, ਅਤੇ ਉਹਦਾ ਭਰਾ ਸੀ ਇੱਕ ਗੋਰਾ, ਦੋਵੇਂ ਕੁੱਟ ਰਹੇ ਸੀਗੇ, ਅਤੇ ਉਹ ਜਦੋਂ ਮੈਂ ਉਹਨੂੰ ਘਰੇ ਪਾਇਆ ਫਿਰ ਨਾ ਜਦੋਂ ਇੱਕਦਮ ਵਾਪਸ ਆ ਗਿਆ ਜੀ ਘਰੇ ਪਾ ਕੇ, ਫਿਰ ਉਹਦੇ ਚਾਚੇ ਦੇ ਮੁੰਡੇ ਜੀ ਅੱਕੂ ਨਾਂ ਵਾ ਉਹਦੇ ਚਾਚੇ ਦੇ ਮੁੰਡੇ ਸੀਗੇ, ਨਾਲ ਹੋਰ 5-7 ਅਣਪਛਾਤੇ ਸੀਗੇ, ਮਤਲਬ ਹੋਰ ਪਿੰਡ ਦੇ ਸੀਗੇ, ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਸੀਗੇ ਆਪਦੇ, ਉਹ ਸਾਰੇ ਆ ਕੇ ਇੱਕਦਮ ਗਲ ਪੈ ਕੇ, ਤਿੱਖੇ ਹਥਿਆਰ ਸੀ, ਗਰਾਰੀਆਂ ਸੀ ਉਹਨਾਂ ਕੋਲ, ਅਤੇ ਕਾਪੇ ਕੂਪੇ ਲੈ ਕੇ ਆਏ ਸੀਗੇ, ਸਾਡੇ ਕੋਲ ਕੁਝ ਨਹੀਂ ਸੀਗਾ, ਇੱਕਦਮ ਅੱਠ ਸੜ 'ਤੇ ਉਹਨਾਂ ਨੇ ਹਮਲਾ ਕਰ ਦਿੱਤਾ। ਹਾਂਜੀ, ਹਮਲਾ ਡੈਡੀ 'ਤੇ ਜੀ, ਮੰਮੀ 'ਤੇ ਅਤੇ ਮੇਰੇ 'ਤੇ। ਹਾਂਜੀ, ਬਾਅਦ ਵਿੱਚ ਇੱਥੇ ਜਦੋਂ ਆ ਗਈ ਤੁਹਾਨੂੰ ਦਾਖਲ ਕਰ ਦਿੱਤਾ ਗਿਆ ਵਾ, ਬਾਅਦ ਵਿੱਚ ਫਿਰ ਘਰ ਜਾ ਕੇ ਗੱਲ ਪਈ ਜੀ, ਉਹੀ ਗੱਲ ਪਈ ਜਿਹਦੇ ਕਾਰਨ ਡੈਡੀ ਦੇ ਜ਼ਖਮੀ ਹੋਏ, ਡੈਡੀ ਦੀ ਮਾਂ ਦੇ, ਹੋਰ ਘਰ 'ਤੇ ਕੰਧਾ ਕੁੰਧਾ ਢਾਹ ਦਿੱਤੀ। ਹਾਂਜੀ, ਭੰਨ ਤੋੜ ਜੀ ਕੀਤੀ ਹੈ।
ਹਲ ਹੁਣ ਤੱਕ ਵੀ ਲਲਕਾਰ ਰਹੇ ਨੇ। ਅਜੇ ਤੱਕ ਪੁਲਿਸ ਵੱਲੋਂ ਕੋਈ ਹਲੇ ਕਾਰਵਾਈ ਨਹੀਂ ਜੀ, ਕੋਈ ਕੀਤੀ ਨਹੀਂ ਨਹੀਂ ਕੀਤੀ ਗਈ। ਤੁਹਾਡੇ ਵੀਡੀਓ ਮੁਖਤਬ ਹਾਂਜੀ ਸਬੂਤ ਹੈ ਜੀ, ਸਬੂਤ ਜੋ ਜਿਸ ਟਾਈਮ ਉਹ ਸਾਡੇ ਘਰੇ ਗੱਲ ਪੈ ਨਾ ਉਸ ਟਾਈਮ ਦੀ ਸਬੂਤ ਹੈਗੇ। ਹਾਂਜੀ ਘਰ ਵਿੱਚ ਸਾਡੀ ਤਾਂ ਮੰਗ ਹੈ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ, ਇਹਨਾਂ ਨੂੰ ਕਾਰਵਾਈ ਕੀਤੀ ਜਾਵੇ ਇਹਨਾਂ 'ਤੇ ਭੁਗਦੀ। ਕਾਰਨ ਸੀਗਾ ਵਿਤਾਰ ਤੋਂ ਰੌਲਾ ਪਿਆ ਵਾ, ਕਿੱਦਣ ਮੇਰੇ ਚਾਚੇ ਦੀ ਡੈਥ ਹੋਈ ਉਦਣ ਸਾਡੇ 'ਤੇ ਬਿੱਲ ਆ ਗਿਆ 10,000 ਅਤੇ ਉਹਨੇ ਮੁੰਡੇ ਨੇ ਆਖਿਆ ਵੀ 10,000 ਮੈਂ ਕਿੱਥੋਂ ਉਤਾਰੂਗਾ, ਮੈਂ ਗਰੀਬ ਹੈਗਾ ਵੀ ਮੇਰੀ ਤਾਂ ਮਾਂ ਨਹੀਂ ਰਹਿ ਗਿਆ ਪਿਓ ਨਹੀਂ ਰਹਿ ਗਿਆ, ਉਹਨੇ ਤਾਰ ਪੱਟ ਦਿੱਤੀ, ਤਾਰ ਕਦੋਂ ਪੱਟੀ ਅਤੇ ਮੁੰਡੇ ਨੇ ਆਖਿਆ ਵੀ ਮੈਂ ਤੈਨੂੰ ਵੇਖਣਾ ਵਾਂ, ਰਾਤ ਨੂੰ ਆਣ ਕੇ ਉਹਨੇ ਪੀ ਕੇ ਅਤੇ ਮੁੰਡੇ ਦੇ ਗਲ ਪਿਆ, ਅਸੀਂ ਛਡਾਉਣ ਗਏ ਅਤੇ ਸਾਨੂੰ ਵੀ ਡਾਂਗਾ ਇੰਨਾ ਲਾ ਪਿਆ, ਸਾਰਾ ਟੱਬਰ ਸਾਨੂੰ ਕੁੱਟਣ ਲਾ ਪਿਆ, 10-12 ਜਣੇ ਆ ਗਏ, ਅਸੀਂ 4 ਜਣੇ ਸੀਗੇ ਅਤੇ 4 ਦੇ ਸਾਡੇ ਆ ਸਿਰ 'ਚ, ਸਾਨੂੰ ਨਹੀਂ ਪਤਾ ਵੀ ਸਾਡੇ ਕੀ ਵੱਜਿਆ ਕੀ ਨਹੀਂ, ਸਾਨੂੰ ਮਾਰ ਕੇ ਸਾਨੂੰ ਸਿੱਟ ਗਏ ਆ, ਐਂ ਖੂਨੋ ਖੂਨ ਸਾਨੂੰ ਕਰ ਗਏ, ਕਦੋਂ ਸਾਨੂੰ ਲੈ ਜਾਂਦਾ ਬਾਅਦ 'ਚੋਂ ਫਿਰ ਉਹਨਾਂ ਨੇ ਹਮਲਾ ਕਰ ਦਿੱਤਾ, ਮੇਰੀ ਨੂੰਹ ਸੀਗੀ, ਨੂੰਹ ਨੂੰ 7ਵਾਂ ਮਹੀਨਾ ਸੀਗਾ ਅਤੇ ਮੇਰੇ ਹਾਂਜੀ ਅਤੇ ਉਹਨੇ ਸੁਖਪ੍ਰੀਤ ਉਹਦਾ ਨਾਮ ਆ, ਬਾਅਦ 'ਚੋਂ ਕਿ ਉਹਨੂੰ ਵੀ ਅਸੀਂ ਦਾਖਲਾ ਸੀ ਕਰਾਇਆ ਵਾ, ਬਾਅਦ 'ਚੋਂ ਇੱਥੇ ਵੀ ਸਾਡੇ ਗੱਲ ਪੈਣ ਆ ਗਏ ਆ, ਉਹ ਪਤਾ ਨਹੀਂ ਵਿਚਾਰੇ ਕਿਵੇਂ ਨਿਕਲੇ ਕਿਵੇਂ ਨਹੀਂ, ਬਾਅਦ 'ਚ ਮੇਰੇ ਬੰਦੇ ਦੀ ਵੀ ਬਾਂਹ ਤੋੜ ਦਿੱਤੀ ਜੀ, ਉਹ ਵੀ ਬਾਅਦ 'ਚੋਂ ਆਇਆ ਵਾ, ਸਾਡੇ ਸਿਰ ਸਿਰ ਪਾਟੇ ਆ, ਪਿੱਛੇ ਵੀ ਸਾਡੇ ਡਾਂਗਾ ਮਾਰੀਆਂ ਵਾ, ਲੱਕਾਂ 'ਚ ਵੀ ਮਾਰੀਆਂ, ਸਿਰ ਵੀ ਸਾਡੇ ਐਂ ਖਿਲਾਰ ਦਿੱਤੇ ਆ, ਕਾਪੇ ਉਹਨਾਂ ਨੇ ਚਲਾਏ ਆ, ਕਾਪੇ ਸੀ ਹਾਂਜੀ ਹਾਂ ਕਾਪੇ ਸੀਗੇ, ਕਾਪੇ ਲੈ ਕੇ ਆਏ ਸੀ, ਬਹੁਤ ਸਾਨੂੰ ਕੋਈ ਪਤਾ ਹੀ ਨਹੀਂ ਆ ਵੀ ਕਿੰਨੇ ਕੁ ਜਣੇ ਉਹ ਆ ਗਏ ਸੀ, ਬਾਹਲੇ ਜ਼ਿਆਦਾ ਜਣੇ ਆ ਗਏ ਸੀ। ਪੱਟੀ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਨ ਤੋਂ ਬਾਅਦ ਗਰਭਵਤੀ ਮ੍ਰਿਤਕ ਸੁਨੀਤਾ ਉਮਰ 30 ਸਾਲ ਦੀ ਲਾਸ਼ ਨੂੰ ਅੱਜ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ, ਇਹ ਪੂਰੇ ਗਮਗੀਨ ਮਾਹੌਲ ਦੇ ਵਿੱਚ ਅੱਜ ਉਸਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ, ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਜੇਕਰ ਜੋ ਹੈ ਕਿ ਇੱਕ ਦਿਨ ਪਹਿਲਾਂ ਪੱਟੀ ਦੇ ਵਿੱਚ ਗੋਲੀਆਂ ਮਾਰ ਕੇ ਇਸ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਹ ਗਰਭਵਤੀ ਸੀ। ਕਪੂਰਥਲਾ ਮਾਡਰਨ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਉੱਚ ਸੁਰੱਖਿਆ ਵਿੱਚ ਨਜ਼ਰਸਾਨੀ ਦੀ LCD ਤੋੜ ਕੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ। ਜੇਲ੍ਹ ਸੂਤਰਾਂ ਅਨੁਸਾਰ ਉਸ ਦੇ ਗੁੱਸੇ ਵਿੱਚ LED ਤੋੜ ਦਿੱਤੀ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਪੁਲਿਸ ਨੇ ਗੈਂਗਸਟਰ ਖਿਲਾਫ਼ 427 IPC ਅਤੇ 42A ਪ੍ਰਿਜ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਕ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਹੋਰ ਗੁੱਟਾਂ ਵਿਚਕਾਰ ਲੜਾਈ ਹੋ ਗਈ, ਜਦੋਂ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਰੋਕਿਆ ਤਾਂ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੇਲ੍ਹ ਵਿੱਚ ਭੰਨ ਤੋੜ ਕੀਤੀ, ਜਿਸ ਦੌਰਾਨ ਉਸਨੇ ਜੇਲ੍ਹ ਦੇ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਦਿੱਤੀਆਂ, ਮੁਲਾਜ਼ਮਾਂ ਨੂੰ ਵੀ ਧਮਕੀਆਂ ਦਿੱਤੀਆਂ। ਜਿਸ ਤੋਂ ਬਾਅਦ ਮਾਡਰਨ ਜੇਲ੍ਹ ਕਪੂਰਥਲਾ ਦੇ ਸਹਾਇਕ ਸੁਪਰਡੈਂਟ ਸੁਰੱਖਿਆ ਸਰਦਾਰ ਨਵਦੀਪ ਸਿੰਘ ਨੇ ਦੱਸਿਆ ਕਿ 29 ਦਸੰਬਰ 2023 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਉੱਚ ਸੁਰੱਖਿਆ ਵਾਲੀਆਂ ਬੈਰਕਾਂ ਵਿੱਚ LCD ਜੇਲ੍ਹ ਵਿੱਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੀ ਉਕਤ ਮਿਲ 'ਚ ਬੰਦ ਇੱਕ ਕੈਦੀ ਨਾਲ ਬਹਿਸ ਹੋ ਗਈ ਸੀ। ਸਰ, ਜਿਹੜਾ ਮਾਡਰਨ ਜੇਲ੍ਹ ਕਪੂਰਥਲਾ ਦੇ ਵਿੱਚ ਜਿਹੜਾ ਜੱਗੂ ਭਗਵਾਨਪੁਰੀਆ ਵੱਲੋਂ ਜਿਹੜਾ ਤੋੜ ਭੰਨ ਕੀਤੀ, ਸਰਕਾਰੀ ਪ੍ਰੋਪਰਟੀ ਨੁਕਸਾਨ ਕੀਤਾ, ਕੀ ਸਾਰਾ ਮਾਮਲਾ ਸੀ? ਮਿਤੀ 5/1/2024 ਨੂੰ ਜੱਗੂ ਭਗਵਾਨਪੁਰੀਆ ਜੋ ਕਿ ਗੈਂਗਸਟਰ ਹੈ, ਇਹਨੇ ਆਪਣੇ ਸਾਥੀਆਂ ਨੂੰ ਮਿਲ ਕੇ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ, ਅੰਦਰ ਤੋੜ ਭੰਨ ਕੀਤੀ ਆ, ਅਤੇ ਇਹਨਾਂ ਜਿਹੜਾ DSP ਸਿਕਿਉਰਿਟੀ ਨਵਦੀਪ ਸਿੰਘ, ਉਹਨਾਂ ਨੇ ਸਾਨੂੰ ਪੱਤਰ ਭੇਜਿਆ, ਉਹਨਾਂ ਬਿਆਨਾਂ 'ਤੇ ਫਿਰ ਅਸੀਂ ਅਗਲੀ ਜਿਹੜੀ ਕਾਰਵਾਈ ਅਮਲ 'ਚ ਲਿਆਂਦੀ ਅਤੇ ਇਹਦੇ ਖਿਲਾਫ਼ ਹੀ ਮੁਕੱਦਮਾ ਦਰਜ ਕੀਤਾ ਥਾਣੇ ਦੇ ਵਿੱਚ।
ਨਾਮ ਹੈ ਬਿੱਲੂ ਸਪੋਲੀਆ ਉਰਫ ਸਨੇਕਮੈਨ। ਰਿਕਸ਼ਾ ਡਰਾਈਵਰ ਬਿੱਲੂ ਇੰਸਟਾਗ੍ਰਾਮ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ। ਉਸਨੇ ਇੰਸਟਾਗ੍ਰਾਮ ਦੇ ਵੱਡੀਆਂ ਵੱਡੀਆਂ ਅੱਖਾਂ ਤੇ ਜੀਵ ਨਾਲ ਸੱਪ ਦੇ ਰੂਪ ਵਿੱਚ ਪੋਜ਼ ਦੇ ਕੇ ਰੀਲਾਂ ਵਿੱਚ ਤਬਾਹੀ ਬਚਾ ਦਿੱਤੀ ਹੈ, ਜਿਸ ਨੂੰ ਲੱਖਾਂ ਲੋਕ ਪਿਆਰ ਕਰਦੇ ਹਨ। ਉਦੋਂ ਤੋਂ ਹੀ ਉਹ ਚੱਲ ਰਿਹਾ ਹੈ ਸੱਪ ਦੇ ਸਟਾਈਲ ਵਿੱਚ ਜੁਗਾੜ। ਰੇਹੜੀ ਤੇ ਰੇਹੜੀ 'ਚ ਸੱਪ ਦੇ ਸਟਾਈਲ ਦੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਹਨ। ਇਹ ਬਿੱਲੀ ਸੱਪ ਵੱਡੀਆਂ ਵੱਡੀਆਂ ਅੱਖਾਂ ਨਾਲ ਤਿਆਰ ਹੋ ਕੇ ਦੌੜਦਾ ਹੈ, ਜਿਸ ਦਾ ਅੰਦਾਜ਼ ਲੋਕਾਂ ਨੂੰ ਬੇਹੱਦ ਪਸੰਦ ਹੈ। ਜੀ ਵੀਰ ਜੀ, ਕੀ ਨਾਮ ਹੈ ਤੁਹਾਡਾ? ਬਿੱਲੂ ਜੀ। ਬਿੱਲੂ ਜੀ, ਅਸੀਂ ਦੇਖ ਲਓ ਤੁਸੀਂ ਸੱਪ ਦੀ ਐਕਟਿੰਗ ਕਰਦੇ ਹੋ, ਹਾਂਜੀ, ਕਿਵੇਂ ਸ਼ੌਂਕ ਪਿਆ? ਬਸ ਲੋਕਾਂ ਦਾ ਸਮਾਨ ਢੋਂਦੇ ਜੀ, ਕਿਸੇ ਫਰਿੱਜ, ਕਿਸੇ ਕੂਲਰ ਜੀ, ਕਿਸੇ ਟਾਇਰ ਢੋਂਦੇ ਢੋਂਦੇ ਮੈਂ ਸੋਚਿਆ ਜੀ ਮੈਂ ਘਰੋਂ ਬਾਹਰੋਂ ਇਕੱਲਾ ਹੀ ਹਾਂ ਵੀਰੇ, ਵੀ ਕੋਈ ਮਾੜਾ ਮੋਟਾ ਮੇਰੇ ਵੀਰ, ਧੰਨਵਾਦ ਇਹਨਾਂ ਦਾ ਜਿਹੜੇ ਮੈਨੂੰ ਇੰਨਾ ਵਿਊ ਦੇ ਰਹੇ ਨੇ, ਉਹਨਾਂ ਦਾ ਮੈਂ ਸ਼ੁਕਰ ਗੁਜ਼ਾਰ ਹਾਂ ਵੀ ਮੇਰੀ ਸੱਪ ਵਾਲੀ ਮੂਵੀ ਵੀਡੀਓ ਤੋਂ ਮੈਨੂੰ ਬਹੁਤ ਲੋਕ ਪਿਆਰ ਕਰ ਰਹੇ ਨੇ। 3 ਲੱਖ ਵਾਂਗੂ ਮੈਨੂੰ ਪਿਆਰ ਮਿਲਿਆ ਇਹ ਵੀਡੀਓ ਤੋਂ, ਅਤੇ ਮੈਂ ਇਹੀ ਚਾਹੁੰਦਾ ਵੀ ਮੈਨੂੰ ਪਿਆਰ ਵੱਧ ਤੋਂ ਵੱਧ ਮਿਲੇ ਛੋਟੀ ਜਾਂਦੀ ਹੈ ਲੋਕਾਂ ਦੀ, ਵੀ ਇਹਨੂੰ ਵਧੀਆ ਤਰੀਕੇ ਨਾਲ ਨਿਭਾਓ। ਉਹ ਵੀਡੀਓ ਤੋਂ ਬਾਅਦ ਤੁਹਾਨੂੰ ਕਿਸੇ ਖਾਸ ਨਾਮ ਨਾਲ ਵੀ ਜਾਣਿਆ ਜਾਂਦਾ? ਖਾਸ ਨਾਮ ਨਾਲ ਵੀਰੇ ਇਹੀ ਨਾਲ ਜਾਣਿਆ ਜਾਂਦਾ, ਬਿੱਲੂ ਸਪੋਲੀ ਕਹਿੰਦੇ ਨੇ ਸਾਰੇ। ਜਦੋਂ ਮੈਂ ਫਰਿੱਜ ਜਾਂ ਕੂਲਰ ਜਾਂ ਟਾਇਰ ਚੱਕਣਾ, ਬਾਬੂ ਖੁਸ਼ ਹੋ ਜਾਂਦੇ ਨੇ ਵੀ ਆਹ ਬਿੱਲੂ ਸਾਡੇ ਗੇੜਾ ਹੁਣ ਆ ਰਿਹਾ, ਦੇਖਾਂਗੇ ਵੀ ਕਿਹੋ ਜਿਹਾ। ਚੌ ਚੜ ਜਾਂਦਾ ਵੀ ਬਿੱਲੂ ਸਪੋਲੀ ਆ ਗਿਆ? ਚੌ ਚੜ ਜਾਂਦਾ ਜੀ, ਮੈਂ ਤਾਂ ਖੋਦਾ ਮਾਰ ਲੱਗ ਜਾ, ਬੱਖੀ ਚੌਂਕਲਾਂ ਮਾਰ ਲੱਗ ਜਾਂਦੇ ਵੀ ਆਹ ਬਿੱਲੂ ਤੂੰ ਇੰਸਟਾਗ੍ਰਾਮ ਵਾਲਾ ਪੂਰਾ ਵਾਇਰਲ ਬੰਦਾ ਹੈ। ਮੈਂ ਹਾਂਜੀ ਸਰ ਉਹੀ ਹਾਂ ਮੈਂ। ਅੱਛਾ, ਐਂ ਬਹੁਤ ਖੁਸ਼ ਕਰਦੇ ਨੇ, ਬਹੁਤ ਖੁਸ਼ ਹੁੰਦੇ ਨੇ, ਚਾਹ ਵੀ ਪਿਆਉਂਦੇ ਨੇ ਮਿੱਠੇ, ਖੁਸ਼ੀ ਖੁਸ਼ੀ ਵਜੇ ਮੈਨੂੰ ਚਾਹ ਵੀ ਪਿਆਉਂਦੇ ਨੇ ਵੀ ਸਾਨੂੰ ਮਿਲਦਾ ਗਲਤੀ ਰਿਹਾ ਕਰ, ਵੀ ਗੇੜਾ ਹੋਵੇ ਨਾ ਹੋਵੇ ਸਵੇਰੇ ਨੂੰ ਸਾਨੂੰ ਮਿਲ ਕੇ ਜ਼ਰੂਰ ਦੁਕਾਨ 'ਤੇ ਜਾਣਾ ਇੱਕ ਵਾਰੀ, ਅਤੇ ਇਸ ਕਰਕੇ ਬਹੁਤ ਵੀਰੇ ਧੰਨਵਾਦ ਇਹਨਾਂ ਦਾ। ਸੁਨੇਹਾ ਮੈਂ ਇਹ ਦੇਣਾ ਚਾਹੁੰਦਾ ਬਾਈ ਜੀ, ਮੈਂ ਇਕੱਲਾ ਘਰੋਂ ਬਾਹਰੋਂ ਰੋਟੀ ਆਪਦੀ ਪਕਾਉਣਾ ਖਾਂਦਾ ਗਾ, ਜਾ ਕੇ ਹਨੇਰਾ ਚਾਹੇ ਸਵੇਰਾ ਹੈ ਚਾਹੇ ਮੀਂਹ ਝੱਕਣੀ ਹੈ ਚਾਹੇ ਕੁਛ ਵੀ ਹੈ, ਭਾਈ ਮੈਨੂੰ ਮਾੜੀ ਜਿਹੀ ਮਦਦ ਕਰੋ ਵੀਰ ਬਣ ਕੇ ਮੇਰੀ, ਅਤੇ ਜਿੰਨੇ ਕੁ ਜੋਗਾ ਮੈਂ ਹੈਗਾ, ਮੈਂ ਪਿਆਰ ਬਹੁਤ ਦੁਨੀਆ ਵੀ ਪਿਆਰ ਕਰੇ, ਕੈਨੇਡਾ ਅਮਰੀਕਾ ਤੱਕ ਮੈਨੂੰ ਪਿਆਰ ਕਰਦੇ ਨੇ, ਸਪੋਲੀਆ ਸੱਪ ਤਾਂ ਮੈਨੂੰ ਸਾਰੇ ਜਾਣਦੇ ਨੇ ਵੀਰੇ। ਛੋਟੀ ਜਿਹੀ ਜ਼ਿੰਦਗੀ ਹੈ, ਛੋਟੀ ਜਿਹੀ ਜ਼ਿੰਦਗੀ ਹੈ, ਵੀ ਇਹਨੂੰ ਤੁਸੀਂ ਪਿਆਰ ਨਾਲ ਨਿਭਾਓ। ਹਾਂ, ਕਿਸੇ ਨਾਲ ਲੜੋ ਝਗੜੋ ਨਾ, ਪਿਆਰ ਕਰੋ ਵੱਧ ਤੋਂ ਵੱਧ ਪਿਆਰ ਕਰੋ। ਮੈਂ ਵੀਰੇ ਇਹੀ ਕੰਮ ਹੈ ਮੇਰਾ ਤਾਂ ਰੇਹੜੀ ਦਾ। ਇੱਕ ਵਾਰੀ ਉਹ ਐਕਸਪ੍ਰੈਸ਼ਨ ਦਿਖਾਉਂਗੇ ਸਪੋਲੀ ਵਾਲੇ ਕਰਕੇ? ਹਾਂ ਜੀ, ਦਿਖਾ ਦਾਂਗੇ ਸਰ ਜ਼ਰੂਰ। ਵਿਦੇਸ਼ੀ ਧਰਤੀ ਤੇ ਵਸੇ ਪ੍ਰਵਾਸੀ ਪੰਜਾਬੀਆਂ ਦਾ ਆਪਣੇ ਪਿੰਡ ਤੇ ਆਪਣੀ ਮਿੱਟੀ ਦੇ ਨਾਲ ਗਹਿਰਾ ਮੋਹ ਹੁੰਦਾ ਹੈ। ਇਸੇ ਚੱਲਦਿਆਂ ਹਰ ਸਾਲ ਪ੍ਰਵਾਸੀ ਪੰਜਾਬੀ ਆਪਣੇ ਪਿੰਡਾਂ ਵਿੱਚ ਫੇਰੀ ਕਰਨ ਆਉਂਦੇ ਹਨ, ਪਰ ਕਈ ਵਾਰ ਪਿੰਡ ਆਏ ਇਹਨਾਂ ਪ੍ਰਵਾਸੀ ਭਾਰਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਅਤੇ ਕਈ ਲੋਕ ਪੈਸੇ ਦੇ ਲਾਲਚ ਵੱਸ ਇਹਨਾਂ ਪ੍ਰਵਾਸੀ ਭਾਰਤੀਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਪੈਸਾ ਬਟੋਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਇੱਕ ਮਾਮਲਾ ਕਪੂਰਥਲਾ ਦੇ ਪਿੰਡ ਧੰਦਲ ਤੋਂ ਸਾਹਮਣੇ ਆਇਆ। ਪਿੰਡ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ, ਜੋ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਹਨ, ਉਹਨਾਂ ਨੇ ਪਿੰਡ ਦੀ ਪੰਚਾਇਤ ਤੇ ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੇ ਕਥਿਤ ਗੰਭੀਰ ਇਲਜ਼ਾਮ ਲਗਾਏ ਹਨ। ਮੈਂ ਚਰਨਜੀਤ ਸਿੰਘ, ਐਕਸ ਸਰਪੰਚ ਪਿੰਡ ਧੰਦਲ NRI। ਮੈਂ 2008 ਤੋਂ USA ਦੇ ਵਿੱਚ ਰਹਿ ਰਿਹਾ। ਮੇਰਾ ਪਿੰਡ ਜੱਦੀ ਪਿੰਡ ਆ, ਮੈਂ ਜੰਮ ਪਲਿਆ ਇੱਥੇ ਦਾ। ਮੈਂ ਹਰ ਸਾਲ ਹੀ ਤਕਰੀਬਨ ਆਉਂਦਾ ਰਹਿੰਦਾ, ਪਿੰਡ ਦੀ ਸਾਰੀਆਂ ਸੇਵਾਵਾਂ ਜੋ ਸਾਨੂੰ ਪੰਚਾਇਤ ਲਾਉਂਦੀ ਹੈ ਮੈਂ ਮੋਹਰੇ ਹੋ ਕੇ ਕਰਦਾ ਰਿਹਾ ਅੱਜ ਤੱਕ। ਸੋ ਇੱਕ ਸ਼ਰਾਰਤੀ ਬੰਦਾ ਜਿਹੜਾ ਸਰਪੰਚ ਦੇ ਘਰ ਵਾਲਾ ਸੁਖਦੀਪ ਸਿੰਘ ਤੇ ਸਰਪੰਚ ਆਪਣੀ ਉਹਦੀ ਆੜ ਲੈ ਕੇ ਮੈਨੂੰ ਬਹੁਤ ਪਰੇਸ਼ਾਨ ਕੀਤਾ। ਮੈਨੂੰ 20 ਦਿਨ ਮੈਂ ਕਿਸੇ ਪਾਸੇ ਘੁੰਮਣ ਨਹੀਂ ਗਿਆ, ਮੈਂ ਟਿਕਟ ਵੀ ਵਧਾਉਣੀ ਪੈ ਗਈ ਮੈਨੂੰ। ਸੋ ਮੇਰਾ ਖਰਚਾ ਵੀ ਕਾਫੀ ਆ ਗਿਆ, ਪਰ ਮੈਨੂੰ ਸਰਕਾਰ ਕੋਲੋਂ ਕੋਈ ਇਨਸਾਫ ਨਹੀਂ ਮਿਲਿਆ, ਜਦਕਿ ਮੈਂ ਪ੍ਰੂਫ ਦੇਣ ਨੂੰ ਤਿਆਰ ਹਾਂ। ਉਹਨੇ ਆਪਦੀ ਇੱਕ ਵੀਡੀਓ ਵਿੱਚ ਇਹ ਵੀ ਗੱਲ ਕਹਿ ਦਿੱਤੀ ਕਿ ਜਿਹੜਾ ਚਰਨਜੀਤ ਸਿੰਘ ਆ ਇਹ ਧੜੱਲੇਦਾਰ ਬੰਦਾ ਹੈ, ਕੋਈ ਪੈਸੇ ਆ ਇਹ ਪੁਲਿਸ ਨੂੰ ਪੈਸੇ ਦਿੰਦਾ ਹੈ ਅਤੇ ਆਪਦੇ ਕੰਮ ਕਰਾਉਂਦਾ। ਮਸਲਾ ਮੈਨੂੰ ਨਹੀਂ ਦਿਖ ਰਿਹਾ ਕਿ ਜਿਹੜੀ ਆਪ ਸਰਕਾਰ ਹੈ ਹਰ ਪਾਸੋਂ ਫੇਲ ਆ। ਸੋ ਇਹਨਾਂ ਨੇ ਅਸੀਂ ਹੁਣ NRI ਆ ਵੀਰ ਆ ਕੇ ਜੇ ਅਸੀਂ ਥੋੜ੍ਹਾ ਜਿਹਾ ਰਹਿਣਾ ਹੋਵੇ ਸਾਨੂੰ ਸੇਫਟੀ ਕੋਈ ਨਹੀਂ ਹੈ।
ਇਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਮੈਨੂੰ ਇਹ ਨਹੀਂ ਸਮਝ ਆ ਰਹੀ ਹੈ ਕਿ ਇੰਨਾ ਵੀ ਪੰਜਾਬ 'ਚ ਨਹੀਂ ਹੋਣਾ ਚਾਹੀਦਾ ਜੋ ਹੋ ਰਿਹਾ। ਦਿੱਕਤ ਇਹ ਹੈ ਕਿ ਪਿੰਡ ਵਿੱਚ ਗਲੀਆਂ ਨਾਲੀਆਂ ਬਣ ਰਹੀਆਂ ਸੀ, ਮੇਰੀ ਹਵੇਲੀ ਨੂੰ ਪਾਣੀ ਆ ਰਿਹਾ ਸੀ। ਮੈਂ ਕਿਹਾ ਵੀ ਇਹਨੂੰ ਥੋੜ੍ਹਾ ਜਿਹਾ ਉੱਚੀ ਕਰਕੇ ਇੱਕ ਜੀਰੋ ਲੈਵਲ 'ਤੇ ਬੰਨ੍ਹ ਦਿੱਤੀ ਜਾਵੇ। ਇਹ ਪਿੰਡ ਦੇ ਪਤਵੰਤੇ ਸੱਜਣਾਂ ਨੇ ਇਕੱਠੇ ਹੋ ਕੇ ਇਹਨੂੰ ਰਾਜ਼ੀਨਾਮਾ ਕਰ ਦਿੱਤਾ, ਜਿਹਦੀ ਕਾਪੀ ਮੇਰੇ ਕੋਲ ਆ। ਰਾਜ਼ੀਨਾਮੇ ਤੋਂ ਬਾਅਦ ਦੋ ਦਿਨ ਬਾਅਦ ਸਾਨੂੰ ਐਵੇਂ ਕਹੀ ਜਾ ਰਿਹਾ ਬਈ ਇਹਨੇ ਸਾਨੂੰ ਪੰਚਾਇਤ ਨੂੰ ਗਾਲਾਂ ਕੱਢੀਆਂ ਚਰਨਜੀਤ ਨੇ, ਇਹ ਪੁਲਿਸ ਨੂੰ ਪੈਸੇ ਦਿੰਦਾ ਆ, ਇਹ ਬਹੁਤ ਗਲਤ ਬੰਦਾ ਆ, ਜਦਕਿ ਸਾਡਾ ਪਹਿਲਾਂ ਵੀ ਰਾਜ਼ੀਨਾਮਾ ਚੁੱਕਾ। ਇਹਨੇ ਮੈਂਬਰ ਪੰਚਾਇਤਾਂ ਦੇ ਝੂਠੇ ਦਸਖਤ ਕਰਕੇ ਅਤੇ ਇਹਨੇ ਰਿਪੋਰਟ ਦਿੱਤੀ ਆ, ਜਿਹੜਾ ਕਿ ਉਹ ਦਸਖਤ ਕਰਨ ਵਾਲਾ ਗੌਰਵ ਉਹ ਕਹਿ ਰਿਹਾ ਮੇਰੇ ਦਸਖਤ ਹੀ ਨਹੀਂ ਹਨ, ਇਹਨੇ ਆਪਣੇ ਆਪ ਸਟੈਂਪ ਲਾ ਕੇ ਦਸਖਤ ਕਰਕੇ ਥਾਣੇ ਨੂੰ ਰਿਪੋਰਟ ਦਿੱਤੀ, ਜਿਹਦੀ ਕਿ ਝੂਠੀ ਰਿਪੋਰਟ ਹੈ। ਉਹਨੇ ਖੁਦ ਇਹ ਬਿਆਨ ਦਿੱਤੇ, ਉਹਦੀ ਕਾਪੀ ਮੇਰੇ ਕੋਲ ਆ। ਦੂਸਰਾ ਮੈਂਬਰ ਪੰਚਾਇਤ ਹਰਜੀਤ ਕੌਰ ਆ, ਉਹਨੇ ਕਿਹਾ ਕਿ ਮੇਰੇ ਕੋਲ ਸਰਪੰਚ ਦਾ ਘਰ ਵਾਲਾ ਆਇਆ ਸੀ ਸੁਖਦੀਪ ਸਿੰਘ, ਉਹਨੇ ਮੇਰੇ ਤੋਂ ਕੋਰੇ ਕਾਗਜ਼ 'ਤੇ ਸਿਗਨੇਚਰ ਕਰਿਆ, ਕਹਿੰਦਾ ਵੀ ਮੈਂ ਗਲੀ ਬਣਾਉਣੀ ਆ ਪਰ ਤੁਸੀਂ ਸਿਗਨੇਚਰ ਕਰ ਦਿਓ। ਕਹਿੰਦੇ ਮੈਂ ਉਹਦੇ ਵਿਸ਼ਵਾਸ 'ਤੇ ਸਿਗਨੇਚਰ ਕਰ ਦਿੱਤੇ, ਪਰ ਬਾਅਦ 'ਚ ਪਤਾ ਲੱਗਾ ਕਿ ਉਹਨੇ ਝੂਠੀ ਦਰਖਾਸਤ ਚਰਨਜੀਤ ਸਿੰਘ NRI 'ਤੇ ਦਿੱਤੀ ਆ। ਵਿਕਾਸ ਭਾਰਤ ਸੰਕਲਪ ਯਾਤਰਾ ਬੈਨ ਅੱਜ ਕੌਂਸਲੀ ਵਿਧਾਨ ਸਭਾ ਦੇ ਪਿੰਡ ਕੰਨੜਵਾਸ ਪਹੁੰਚੀ। ਸੰਕਲਪ ਯਾਤਰਾ ਬੈਨ ਦੀ ਅਗਵਾਈ ਕਰ ਰਹੇ ਸੰਸਦ ਮੈਂਬਰ ਅਰਵਿੰਦਰ ਸ਼ਰਮਾ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣਾ ਹੈ। ਉਹਨਾਂ ਕਿਹਾ ਕਿ 22 ਜਨਵਰੀ ਤੋਂ ਬਾਅਦ ਲੰਬਾ ਇੰਤਜ਼ਾਰ ਖਤਮ ਹੋਵੇਗਾ ਅਤੇ ਦੇਸ਼ ਦੇ ਲੋਕ ਰਾਮਲੀਲਾ ਦੇਖਣ ਲਈ ਉਮੜਨਗੇ। ਅਯੋਧਿਆ ਵਿੱਚ ਇੱਕ ਵਿਸ਼ਾਲ ਸ਼੍ਰੀ ਰਾਮ ਮੰਦਰ ਨਿਰਮਾਣ ਕੀਤਾ ਗਿਆ ਹੈ, ਉਸਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜਨਵਰੀ ਨੂੰ ਕਰ ਰਹੇ ਹਨ। ਸਪਨਾ ਹੈ ਉਨਕਾ ਕਿ ਮਾਰੀ ਸਰਕਾਰ ਆ ਗਈ ਕਹਾਂ ਸੇ, ਮਤਲਬ ਐਸਾ ਕਾਮ ਹੁਣ ਆਪ ਦੇਖੇ, ਉਨਸੇ ਨੂੰ ਪੁੱਛੋ ਵੀ ਤੁਹਾਰੀ ਸਰਕਾਰ ਗਈ ਕਿਉਂ ਥੀ, ਤੁਹਾਰੀ ਸਰਕਾਰ 2014 ਮੇਂ ਕਿਉਂ ਗਈ ਥੀ, ਕੇਂਦਰ ਮੇਂ ਔਰ ਹਰਿਆਣਾ ਮੇਂ ਕਿਉਂ ਗਈ ਥੀ, ਭ੍ਰਿਸ਼ਟਾਚਾਰ, ਪਰਿਵਾਰਵਾਦ, ਜਾਤੀਵਾਦ, ਇਨ ਸਾਰੀ ਚੀਜ਼ੋਂ ਤੁਸ਼ਟੀਕਰਨ, ਸਾਰੀ ਚੀਜ਼ੋਂ ਕੋ ਲੈ ਕਰਕੇ ਗਈ ਥੀ, ਅਬ ਕਾਮ ਔਰ ਸ਼ੁਰੂ ਕਰ ਦਿਆ। ਆਪ ਦੇਖੇ ਇੱਕ ਸਭਸੇ ਬੜਾ ਕਾਮ ਜੋ ਸ਼ੁਰੂ ਕੀਆ ਹੈ, ਮਾਨਯੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੀ ਕੇ ਨੇਤਰਤਵ, ਮੋਦੀ ਜੀ ਕੇ ਨੇਤਰਤਵ ਮੇਂ ਇੱਕ ਬਹੁਤ ਬੜੀ ਬਾਤ ਇਨ ਸਾਲੋਂ ਮੇਂ ਹੋਈ ਕਿ ਟ੍ਰਾਂਸਪੇਰੈਂਸੀ, ਪਾਰਦਰਸ਼ਿਤਾ ਨੌਕਰੀਓਂ ਮੇਂ, ਇਮਾਨਦਾਰੀ, ਨਾ ਖਰਚੀ ਨਾ ਪਰਚੀ। ਅਭੀ ਰੋਹਤਕ ਮੇਂ ਜੋ ਸੰਮੇਲਨ ਪਿੱਛੇ ਕੀਆ ਥਾ ਇਨ੍ਹੋਂਨੇ, ਉਸਮੇਂ ਫਿਰ ਸੇ ਸ਼ੁਰੂ ਕੀਆ ਹੈ, ਜੋ ਨੌਜਵਾਨ ਰਾਸਤੇ ਪਰ ਆ ਗਿਆ ਥਾ, ਜੋ ਨੌਜਵਾਨ ਇਨ ਬਾਤੋਂ ਕੋ ਭੂਲ ਗਿਆ ਥਾ ਕਿ ਵੀ ਖਰਚੀ ਪਰਚੀ ਵੀ ਕਭੀ ਕੋ ਚਲਤੀ ਥੀ, ਅਬ ਫਿਰ ਸੇ ਪ੍ਰਯਾਸ ਕੀਆ ਜਾ ਰਿਹਾ ਹੈ ਕਿ ਉਸ ਨੌਜਵਾਨ ਕੋ ਬਹਿਕਾਣੇ ਕੇ ਲੀਏ, ਉਹ ਕਹਿਤੇ ਹੈ ਪਰਚੀ ਸਿਸਟਮ ਫਿਰ ਸੇ ਸ਼ੁਰੂ ਹੋਗਾ। ਪਰਚੀ ਕੋ ਉੜ ਕੇ ਤਾਂ ਜਾਏਗੀ ਨਹੀਂ, ਪਰਚੀ ਕੇ ਸਾਥ ਖਰਚੀ ਵੀ ਲਗੇਗੀ, ਤੋ ਪਰਚੀ ਔਰ ਖਰਚੀ ਫਿਰ ਸੇ ਸ਼ੁਰੂ ਕਰੇਂਗੇ ਨੇ ਕਿ ਉਹ ਨੌਜਵਾਨ 36 ਬਰਾਦਰੀ ਕਾ ਨੌਜਵਾਨ ਜੋ ਲਾਈਨ ਪਕੜ ਗਿਆ ਥਾ, ਆਪਣੀ ਮਿਹਨਤ ਕਰਕੇ ਨੌਕਰੀ ਲੈ ਰਿਹਾ ਹੈ, ਆਪਣੀ ਇਮਾਨਦਾਰੀ ਸੇ ਨੌਕਰੀ ਲੈ ਰਿਹਾ ਹੈ, ਉਸਕੋ ਫਿਰ ਸੇ ਬਰਗਲਾਣੇ ਕਾ, ਉਸਕੋ ਫਿਰ ਸੇ ਧੋਖਾ ਦੇਣੇ ਕਾ ਪ੍ਰਯਾਸ ਸਰਕਾਰ ਉਸਕਾ ਇਨ ਲੋਗੋਂ ਕਾ ਚਾਲੂ ਹੈ, ਔਰ ਲੋਕ ਇਨਕੇ ਬਹਿਕਾਵੇ ਮੇਂ ਨਹੀਂ ਆਏਂਗੇ, ਨੌਜਵਾਨ ਇਨਕੇ ਬਹਿਕਾਵੇ ਮੇਂ ਨਹੀਂ ਆਏਂਗੇ। ਇਨ ਬਾਤੋਂ ਸੇ ਇਨਕੋ ਸਾਵਧਾਨ ਰਹਿਣਾ ਚਾਹੀਏ, ਆਪਣੀ ਆਦਤੋਂ ਕੋ ਸੁਧਾਰਨਾ ਚਾਹੀਏ, ਇਹ ਮੈਂ ਸਲਾਹ ਦਿੱਤਾ ਹਾਂ। ਜਮੁਨਾ ਨਗਰ ਵਿੱਚ ਐਂਟੀ ਵਹੀਕਲ ਥੈਫਟ ਸੈੱਲ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਟੀਮ ਨੇ ਬਾਈਕ ਚੋਰ ਨੂੰ ਕਲਾਨੌਰ ਸਰਹੱਦ ਤੋਂ ਕਾਬੂ ਕੀਤਾ, ਜਿਨ੍ਹਾਂ ਕੋਲੋਂ ਚੋਰੀ ਦੇ 10 ਮੋਟਰਸਾਈਕਲ ਬਰਾਮਦ ਕੀਤੇ ਹਨ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਰੀਬ 25 ਚੋਰੀ ਦੇ ਬਾਈਕ ਦਾ ਖੁਲਾਸਾ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਡਿਊਟੀ ਸੈੱਲ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਪਰ ਇੱਕ ਵਿਅਕਤੀ ਕੋ ਕਲਾਨੌਰ ਬਾਰਡਰ ਗ੍ਰਿਫਤਾਰ ਕੀ, ਚੋਰੀ ਬਾਈਕ ਸਹਿਤ ਗ੍ਰਿਫਤਾਰ ਕੀ ਹੈ, ਜਿਸ ਨੇ ਪੁੱਛਤਾਛ ਮੇਂ ਬਾਅਦ ਮੇਂ 24 ਸੇ 25 ਮੋਟਰਸਾਈਕਲ ਚੋਰੀ ਕਰਨਾ ਕਬੂਲ ਕੀਆ ਹੈ, ਜੋ ਕਰੀਬ ਏਕ ਵਰਸ਼ ਸੇ
यमुनानगर जगाधरी के इलाके से मोटरसाइकिल चोरी कर यूपी में बेच रहा था, जिससे 10 मोटरसाइकिलें चोरी बरामद की जा चुकी हैं और उसका एक साथी अभी फरार है, जिसको शीघ्र ही गिरफ्तार किया जाएगा। ਪੰਜਾਬੀ ਲੋਕ ਗਾਇਕੀ ਅਤੇ ਆਪਣੀ ਆਵਾਜ਼ ਦਾ ਲੋਹਾ ਮਨਮੋਹਣ ਵਾਲੇ ਮਹਾਨ ਗਾਇਕ ਉਸਤਾਦ ਲਾਲ ਚਮਲਾ ਚੱਟ ਨੂੰ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਇਸ ਮੌਕੇ ਉਹਨਾਂ ਦੇ ਪੋਤਰੇ ਵਿਜੇ ਜਮਲਾ ਜੱਟ ਨੂੰ ਵੀ ਵੈਨਕੂਵਰ ਵਿਚਾਰ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰੀ ਦੇ ਡਿਸਟ੍ਰੀਬਿਊਟਰ ਨਵਲਪ੍ਰੀਤ ਰੰਗੀ ਵੱਲੋਂ ਉਸਤਾਦ ਜਮਲਾ ਜੱਟ ਜੀ ਦੇ ਜੀਵਨ ਤੇ ਬਣਾਈ ਡਾਕੂਮੈਂਟਰੀ ਫਿਲਮ ਰਿਲੀਜ਼ ਕੀਤੀ ਗਈ ਅਤੇ ਡਾਕੂਮੈਂਟਰੀ ਵੇਖ ਕੇ ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਨੇ ਡਾਕੂਮੈਂਟਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ। ਜਿਹੜਾ ਅੱਜ ਯਮਲਾ ਜੀ ਦੀ ਯਾਦ ਵਿੱਚ ਇੱਥੇ ਪ੍ਰੋਗਰਾਮ ਕੀਤਾ ਗਿਆ, ਸਾਨੂੰ ਬਹੁਤ ਹੀ ਅੱਛਾ ਲੱਗਿਆ ਕਿ ਉਹਨਾਂ ਦੇ ਅੱਗੇ ਬੱਚਿਆਂ ਨੇ ਆਪਣੇ ਦਾਦਾ ਜੀ ਦੀ ਯਾਦ ਨੂੰ ਤਾਜ਼ਾ ਕੀਤਾ ਔਰ ਇੱਦਾਂ ਹੀ ਅੱਗੇ ਬਰਕਰਾਰ ਰੱਖਣ। ਇੱਥੇ ਸਾਰੇ ਹੀ ਪੰਜਾਬ ਤੋਂ ਲੈ ਕੇ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਪੋਤਾ ਵਿਜੇ ਯਮਲਾ ਜੀ ਉਹਨਾਂ ਦਾ ਨਾਮ ਰੋਸ਼ਨ ਕਰ ਰਿਹਾ। ਮੈਂ ਇਹੀ ਉਮੀਦ ਕਰਦੀ ਹਾਂ ਕਿ ਸਾਡੇ ਜਿੰਨੇ ਵੀ ਸਿੰਗਰ ਨੇ, ਪੁਰਾਣੇ ਬਜ਼ੁਰਗ ਨੇ, ਉਹਨਾਂ ਦੇ ਬੱਚੇ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਅਤੇ ਆਪਣੇ ਬਜ਼ੁਰਗਾਂ ਦਾ ਇੱਦਾਂ ਹੀ ਨਾਮ ਰੋਸ਼ਨ ਕਰ। ਸਾਨੂੰ ਵੀ ਅਤੇ ਸਾਡੀ ਪੰਜਾਬੀਅਤ ਨੂੰ ਪੂਰੇ ਹੀ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਬੱਚੇ ਪਰਿਵਾਰ ਬੈਠੇ ਹੈ ਉਹਨਾਂ ਨੂੰ ਪੰਜਾਬੀਆਂ ਨਾਲ ਮਾਣ ਮਹਿਸੂਸ ਹੋ। ਧੰਨਵਾਦ ਜੀ। ਸਾਰਿਆਂ ਨੂੰ ਮੇਰੇ ਵੱਲੋਂ, ਮੈਂ ਅਮਨ ਸਿੱਖ ਮੂਵੀਆਂ ਦੇ ਵਿੱਚ ਕੰਮ ਕਰਦੀ ਹਾਂ ਜੇ ਐਕਟਰ, 43 ਮੂਵੀਆਂ ਸ਼ੂਟ ਕਰ ਚੁੱਕੀ ਹਾਂ। ਤਾਂ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਕੈਨੇਡਾ ਦੇ ਵਿੱਚ ਜਮਲਾ ਜੱਟ ਜੀ ਦਾ ਪ੍ਰੋਗਰਾਮ ਹੋਇਆ ਅਤੇ ਉਹਨਾਂ ਦੇ ਪੋਤਾ ਜੀ ਵਿਜੇ ਜਮਲਾ ਜੀ ਇੱਥੇ ਪਹੁੰਚੇ ਨੇ ਅਤੇ ਬਹੁਤ ਖੁਸ਼ੀ ਹੋਈ। ਸਾਨੂੰ ਆਪਣਾ ਕਲਚਰ ਸੰਭਾਲ ਕੇ ਰੱਖਣਾ ਚਾਹੀਦਾ ਹੈ ਨਾ ਜੀ। ਤਾਂ ਜਦੋਂ ਉਹ ਤੂੰਬੀ 'ਤੇ ਗਾਉਂਦੇ ਸੀ ਤਾਂ ਬਹੁਤ ਅੱਛਾ ਲੱਗਦਾ ਸੀ, ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲ ਚੁੱਕੇ ਹਾਂ ਹੈ ਨਾ। ਤਾਂ ਅੱਜ ਮਤਲਬ ਇੰਨਾ ਜ਼ਮਾਨਾ ਚੇਂਜ ਹੋ ਚੁੱਕਿਆ ਹੈ ਨਾ, ਅਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਅਸੀਂ ਕਰਨ ਜਾ ਰਹੇ ਹਾਂ ਹੈ ਨਾ। ਅਤੇ ਜੀ ਬਹੁਤ ਹੀ ਸੋਹਣਾ ਇਵੈਂਟ ਸੀਗਾ, ਬਹੁਤ ਹੀ ਵਧੀਆ ਉਮਦਾ ਜਾਣਕਾਰੀ ਮਿਲੀ। ਰੰਗੀ ਭਾਅ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਵਿਜੇ ਜਮਲਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਉਹ ਕਿਸੇ ਪਰਿਵਾਰ ਤੋਂ ਬਿਲੋਂਗ ਕਰਦੇ ਨੇ, ਜਿਹੜੇ ਪਰਿਵਾਰ ਨੂੰ ਸਾਰਾ ਪੰਜਾਬ ਸੁਣਦਾ। ਮੇਰਾ ਤਾਂ ਜੇ ਮੈਂ ਅੱਗੇ ਦੱਸਿਆ ਕਿ ਮੇਰਾ ਤਾਂ ਜਨਮ ਵੀ ਬਾਅਦ ਦਾ, ਪਰ ਅਸੀਂ ਅੱਜ ਵੀ ਉਹਨਾਂ ਨੂੰ ਸੁਣਦੇ ਹਾਂ, ਅੱਜ ਵੀ ਉਹਨਾਂ ਦੀ ਆਵਾਜ਼ ਇੱਕ ਜਿਵੇਂ ਕਹਿੰਦੇ ਨਾ ਟੂਣੇ ਹਰੀ ਆਵਾਜ਼, ਉਹ ਅੱਜ ਵੀ ਉਹ ਦਿਲਾਂ ਨੂੰ ਕੀਲਦੀ ਹੋਈ ਲੰਘਦੀ ਆ। ਅਤੇ ਜਿੰਨੇ ਵੀ ਉਸਤਾਦ ਲੋਕ ਪੁਰਾਣੇ ਹੋਏ ਨੇ, ਯਮਲਾ ਜੀ ਜੀ, ਆਸਾ ਸਿੰਘ ਮਸਤਾਨਾ ਜੀ, ਜਾਂ ਹੋਰ ਜਿਹੜੇ ਉਰਦੂ ਦੇ ਗਾਇਕ ਜਾਂ ਪੰਜਾਬ ਪਾਕਿਸਤਾਨ ਦੇ ਗਾਇਕ ਗੁਲਾਮ ਅਲੀ ਸਾਹਿਬ, ਸੋ ਮੈਂ ਸਾਰਿਆਂ ਨੂੰ ਸੁਣਨਾ ਬਹੁਤ ਪਸੰਦ ਕਰਦਾ ਅਤੇ ਮੈਨੂੰ ਬਹੁਤ ਵਧੀਆ ਲੱਗਾ, ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸ਼ੁਕਰੀਆ ਤੁਹਾਡਾ। 22 ਜਨਵਰੀ ਨੂੰ ਅਯੋਧਿਆ ਵਿੱਚ ਬਣਾਏ ਜਾ ਰਹੇ ਭਗਵਾਨ ਸ਼੍ਰੀ ਰਾਮ ਦੇ ਅਦਭੁਤ ਮੰਦਿਰ ਵਿੱਚ ਸ਼੍ਰੀ ਰਾਮ ਜੀ ਦੇ ਬਾਲ ਸਰੂਪ ਦੇ ਪਵਿੱਤਰ ਸਰੂਪ ਤੋਂ ਪਹਿਲਾਂ ਲੁਧਿਆਣਾ ਵਿੱਚ ਵਿਸ਼ੇਸ਼ ਸਵੈਟ ਸ਼ਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਮੌਜੂਦਾ ਸਮੇਂ ਵਿੱਚ 5 ਰੰਗਾਂ ਵਿੱਚ ਬਣਾਏ ਜਾ ਰਹੇ ਇਹਨਾਂ ਸਵੈਟਰਾਂ 'ਤੇ ਅਯੋਧਿਆ ਅਤੇ ਸ਼੍ਰੀ ਰਾਮ ਤੋਂ ਇਲਾਵਾ ਸ਼੍ਰੀ ਰਾਮ ਮੰਦਿਰ ਨੂੰ ਵੀ ਦਰਸਾਇਆ ਗਿਆ ਹੈ। ਅਯੋਧਿਆ ਅਤੇ ਦਿੱਲੀ ਸਮੇਤ ਵੱਖ ਵੱਖ ਹਿੱਸਿਆਂ ਤੋਂ ਸ਼੍ਰੀ ਰਾਮ ਭਗਤਾਂ ਤੋਂ ਇਹਨਾਂ ਸਵੈਟ ਸ਼ਰਟਾਂ ਦੇ ਆਰਡਰ ਆ ਰਹੇ ਹਨ, ਜਿਸ ਲਈ ਦਿਨ ਰਾਤ ਇਸ ਦਾ ਕੰਮ ਚੱਲ ਰਿਹਾ ਹੈ। ਜੀ ਮੇਰਾ ਨਾਮ ਮੁਕੇਸ਼ ਮਰਾਨ ਹੈ। ਸਭ ਤੋਂ ਪਹਿਲੇ ਜੈਕਾਰਾ ਮਾਂ ਚਿੰਤਪੁਰਨੀ ਦਾ, ਬੋਲ ਸਾਂਚੇ ਦਰਬਾਰ ਕੀ ਜੈ, ਪੂਜਪਾਲ ਸ਼੍ਰੀ ਡੰਡੀ ਸਵਾਮੀ ਜੀ ਮਹਾਰਾਜ ਕੀ ਜੈ, ਜੈਕਾਰਾ ਮਾਂ ਵੈਸ਼ਨੋ ਦੇਵੀ ਦਾ, ਬੋਲ ਸਾਂਚੇ ਦਰਬਾਰ ਕੀ ਜੈ। ਜੀ ਇਹ ਮੈਂ ਨਾ 8 ਸਾਲ ਪਹਿਲੇ ਸ਼੍ਰੀ ਨਰਿੰਦਰ ਚੰਚਲ ਜੀ ਇਸ ਫੈਕਟਰੀ 'ਚ ਆਏ ਸੀ, ਉਸ ਤੋਂ ਬਾਅਦ ਉਹ ਕਟਰਾ ਚੌਂਕੀ ਕਰਦੇ ਸੀ 31 ਦਸੰਬਰ ਨੂੰ, ਉੱਥੇ ਦੀ ਟੀਮ ਜਿਹੜੀ ਹੁੰਦੀ ਸੀ ਉਹਨਾਂ ਦੀ ਡਰੈਸਿਸ ਮੈਂ ਬਣਾਉਂਦਾ ਸੀਗਾ। ਫਿਰ ਉਹ ਚਲੇ ਗਏ ਮਹਾਰਾਣੀ ਦੇ ਚਰਨਾਂ ਦੇ ਵਿੱਚ, ਉਹ ਫਿਰ ਮੇਰੇ ਸੁਪਨੇ ਦੇ ਵਿੱਚ ਆਏ, ਕਹਿੰਦੇ ਕਾਕਾ ਇਸ ਵਾਰੀ ਨਾ ਤੂੰ ਅਯੋਧਿਆ ਦਾ ਪੀਸ ਬਣਾ। ਫਿਰ ਇੱਕ ਸਟੋਰੀ ਸੁਣਦੇ ਹੁੰਦੇ ਮਾਂ ਭਗਵਤੀ ਦੀ
ਮਾਂ ਵੈਸ਼ਨੋ ਦੇਵੀ ਜੋ ਇੱਕ ਡਿਵਾਈਨ ਸ਼ਕਤੀ ਹੈ, ਉਹਨਾਂ ਦੇ ਵੀ ਆਰਾਧੇ ਜਿਹੜੇ ਨੇ ਸ਼੍ਰੀ ਰਾਮ ਜੀ ਨੇ, ਉਹ ਮਾਤਾ ਰਾਣੀ ਦੀ ਕਿਰਪਾ ਹੋਈ, ਚੰਚਲ ਜੀ ਦਾ ਆਸ਼ੀਰਵਾਦ ਹੋਇਆ, ਅਤੇ ਮੇਰੇ ਭਈਆ ਨੇ ਇੱਕ ਸਚਿਨ ਕਪੂਰ ਜੀ, ਮੈਂ ਉਹਨਾਂ ਨੂੰ ਕਿਹਾ ਤੁਸੀਂ ਅਯੋਧਿਆ ਦਾ ਪੀਸ ਮੈਨੂੰ ਬਣਾ ਕੇ ਦਿਉ, ਇੱਕ ਡਿਜ਼ਾਈਨ ਬਣਾ ਕੇ ਦਿਉ, ਤਦ ਉਹਨਾਂ ਨੇ ਇਹ ਡਿਜ਼ਾਈਨ ਬਣਾ ਕੇ ਦਿੱਤਾ, ਅਤੇ ਉਹ ਮੈਂ 30 ਪੀਸ ਹੀ ਬਣਾਉਣੇ ਚਾਹੇ, ਪਰ ਮੈਨੂੰ ਰਿਸਪੋਂਸ ਇੰਨਾ ਮਿਲਣਾ ਸ਼ੁਰੂ ਹੋ ਗਿਆ ਰਾਮ ਪ੍ਰੇਮੀਆਂ ਦਾ, ਰਾਮ ਭਗਤਾਂ ਦਾ, ਕਿ ਉਹ ਮਾਲ ਬਣੀ ਜਾ ਰਿਹਾ, ਔਡਰ ਆਈ ਜਾ ਰਿਹਾ, ਅਤੇ ਮੈਂ ਮਾਲ ਬਣਾਈ ਜਾ ਰਿਹਾ ਅਤੇ ਔਡਰ ਸਪਲਾਈ ਕਰੀ ਜਾ ਰਿਹਾ। ਕਿੰਨੇ ਸਰ ਹੁਣ ਤੱਕ ਪੀਸ ਬਣਾ ਚੁੱਕੇ? ਸਰ ਮੇਰੇ ਕੋਲ ਖੁਦ ਗਿਣਤੀ ਨਹੀਂ ਹੈਗੀ, ਮੇਰਾ ਵਟਸਐਪ 'ਤੇ ਮੈਸੇਜ ਆਈ ਜਾ ਰਿਹਾ, ਭਈਆ ਪੀਸ ਸਾਨੂੰ ਭੇਜੋ, ਸਾਨੂੰ ਭੇਜੋ, ਸਾਨੂੰ ਭੇਜੋ। ਜਦੋਂ ਵੀ ਕੋਈ ਪੀਸ ਲੈਣ ਆਉਂਦਾ ਤਾਂ ਮੈਂ ਉਹਨੂੰ ਪੁੱਛਦਾ ਵੀ ਇੰਨੇ ਪੀਸ ਤੂੰ ਕੀ ਕਰਨੇ ਹੋ, ਕਹਿੰਦਾ ਯਾਰ 500 ਸਾਲ ਬਾਅਦ ਦਿਵਾਲੀ ਆ ਰਹੀ ਹੈ, ਅੱਗੇ ਦਿਵਾਲੀ 'ਤੇ ਅਸੀਂ ਬਰਤਨ ਵੰਡਦੇ ਸੀ, ਇਸ ਵਾਰੀ ਮੈਂ ਆਪਣੇ ਸਾਰੇ ਰਿਲੇਟਿਵਸ ਨੂੰ ਆ ਅਯੋਧਿਆ ਦਾ ਪੀਸ ਦੇਣਾ ਵਾ, ਇਸ ਕਰਕੇ ਜਿਹੜਾ ਵੀ ਆਉਂਦਾ ਆਪਣੇ ਲਈ ਵੀ ਲੈ ਕੇ ਜਾਂਦਾ, ਆਪਣੇ ਰਿਸ਼ਤੇਦਾਰ ਵੀ ਲੈ ਕੇ ਜਾਂਦਾ। ਔਡਰ ਕਹਾਂ ਕਹਾਂ ਤੇ ਆ ਗਏ? ਔਡਰ ਮੈਨੂੰ ਦਿੱਲੀ ਤੋਂ ਬਹੁਤ ਆ ਰਹੇ ਆ, ਫਿਰੋਜ਼ਪੁਰ ਤੋਂ, ਕਪੂਰਥਲੇ ਤੋਂ, ਜਲੰਧਰ ਤੋਂ, ਇਸ ਤਰ੍ਹਾਂ ਕਰਕੇ ਮੈਨੂੰ ਹਰ ਸ਼ਹਿਰ ਤੋਂ ਫੋਨ ਆ ਰਿਹਾ, ਅਤੇ ਮੈਂ ਮਾਲ ਭੁਗਤਾਈ ਜਾ ਰਿਹਾ, ਖੁਦ ਜਾਂਦਾ ਰਾਤ ਨੂੰ ਬੱਸ 'ਤੇ ਪੀਸ ਦੇ ਜਾਂਦਾ। ਜਿੱਦਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਵੀ ਤੁਸੀਂ 22 ਜਨਵਰੀ ਨੂੰ ਨਹੀਂ ਆਉਣਾ, ਅਤੇ ਉਹ 22 ਜਨਵਰੀ ਇੱਕ ਦਿਵਾਲੀ ਦਾ ਦਿਨ ਹੈ, ਉਹ ਅਯੋਧਿਆ ਦਾ ਪੀਸ ਪਾ ਕੇ ਹੀ ਆਪਣੇ ਆਪ ਨੂੰ ਐਸੀ ਫੀਲਿੰਗ ਲੈਣਗੇ ਕਿ ਉਹ ਅਯੋਧਿਆ ਧਾਮ ਦੇ ਵਿੱਚ ਹੀ ਹੈ, ਕਿਉਂਕਿ ਅੰਦਰ ਵੀ ਤੂੰ, ਬਾਹਰ ਵੀ ਤੂੰ, ਮੇਰੇ ਰੋਮ ਰੋਮ ਵਿੱਚ ਤੂੰ, ਤੂੰ ਹੀ ਮਾਤਾ, ਤੂੰ ਹੀ ਪਿਤਾ ਹੈ, ਤੂੰ ਹੀ ਤੋ ਰਾਧਾ ਕਾ ਸ਼ਾਮ, ਹੇ ਰਾਮ, ਹਰ ਜਗ੍ਹਾ ਰਾਮ ਰਾਮ ਹੀ ਹੋਵੇ, ਅੰਦਰ ਵੀ ਔਰ ਬਾਹਰ ਵੀ। ਧਰਮ ਜਿਹੜਾ ਹੈ ਉਹਨੂੰ ਕਿਹਾ ਜਾਂਦਾ ਧਾਰਨ ਕਰਨਾ, ਜਿਹੜਾ ਭਾਰਤ ਦਾ ਭੂਖੰਡ ਹੈ, ਇੱਥੇ ਮੋਸਟਲੀ ਸਨਾਤਨੀ ਲੋਕ ਰਹਿੰਦੇ ਹੈ, ਹਿੰਦੁੱਤਵ ਲੋਕ ਰਹਿੰਦੇ ਹੈ, ਇਹ ਸਨਾਤਨ ਦੇ ਪ੍ਰਚਾਰ ਵਾਸਤੇ ਹੀ ਸ਼੍ਰੀ ਰਾਮ ਜੀ ਇਸ ਭੂਖੰਡ ਦੇ ਰਾਜਾ ਨੇ, ਅਤੇ ਉਹਨਾਂ ਦੇ ਨਾਮ ਨਾਲ ਉਹ ਅੰਦਰ ਵੀ ਰਾਮ, ਬਾਹਰ ਵੀ ਰਾਮ, ਸਭਕੇ ਰਾਮ, ਸਭਮੇ ਰਾਮ, ਇਹ ਸੋਚ ਨਾਲ ਇਹ ਪੀਸ ਡਿਜ਼ਾਈਨ ਕੀਤਾ ਹੈ। ਹਰੇਕ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਚੰਗਾ ਮੁਕਾਮ ਹਾਸਲ ਕਰਨ ਅਤੇ ਦੇਸ਼ ਵਿਦੇਸ਼ ਵਿੱਚ ਉਹਨਾਂ ਦਾ ਨਾਮ ਰੌਸ਼ਨ ਕਰਨ। ਉਸੇ ਸੁਪਨੇ ਨੂੰ ਪੂਰਾ ਕਰਦੇ ਹੋਏ ਅਜਨਾਲਾ ਦੀ ਕੋਮਲਜੀਤ ਕੌਰ, ਜਿਸ ਨੇ 25 ਸਾਲ ਦੀ ਉਮਰ ਵਿੱਚ ਕੈਨੇਡਾ ਦੀ ਪੁਲਿਸ 'ਚ ਕਰੈਕਸ਼ਨਲ ਪੀਸ ਅਫਸਰ ਬਣ ਕੇ ਆਪਣੇ ਮਾਤਾ ਪਿਤਾ ਦੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਨੂੰ ਲੈ ਕੇ ਕੋਮਲਜੀਤ ਕੌਰ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ, ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਹਾਂਜੀ, ਬੇਟੀ ਦਾ ਨਾਂ ਕੋਮਲਜੀਤ ਕੌਰ ਹੈ, ਤੇ ਉਹ 2016 ਦਸੰਬਰ ਦੇ ਵਿੱਚ ਗਈ ਸੀ, ਤੇ ਜਨਵਰੀ ਦੇ ਵਿੱਚ ਸਟੱਡੀ ਸਟਾਰਟ ਕੀਤੀ ਸੀ ਉਹਨੇ। ਤੇ ਮੇਰਾ ਨਾਮ ਮਨਵੀਰ ਸਿੰਘ ਹੈ, ਪਿੰਡ ਸਾਡਾ ਹਰੜ ਕਲਾਂ, ਰਹਿਸ਼ ਸਾਡੀ ਅਜਨਾਲੇ ਆ। ਕਦੋਂ ਗਈ ਸੀ ਬੇਟੀ, ਕਿਹੜੀ ਪੜ੍ਹਾਈ ਕਰਕੇ ਗਈ ਸੀ ਤੇ ਅੱਜ ਕਿਹੜੀ ਜਿਹੜੀ ਪੁਲਿਸ ਦੇ ਵਿੱਚ ਜਿਹੜਾ ਭਰਤੀ ਹੋਈ ਹੈ, ਕਿਹੜੇ? ਬੇਟੀ ਗਈ ਸੀ ਬਿਜ਼ਨਸ ਮੈਨੇਜਮੈਂਟ ਦਾ ਲੈ ਕੇ ਗਈ ਸੀ, ਉਸ ਤਰ੍ਹਾਂ 2 ਸਾਲ ਦਾ ਉਹਨੇ ਕੋਰਸ ਕੀਤਾ, ਉਹਦੇ ਬਾਅਦ ਫਿਰ ਇੱਕ ਉਹਨੇ ਡਿਗਰੀ ਕੀਤੀ ਸੀ, ਤੇ 22 'ਚ ਉਹਦੀ ਪੀਅਰ ਹੋਈ ਮਈ 'ਚ, ਤੇ ਫਿਰ ਉਹਨੇ ਟਰਾਈ ਕੀਤੀ ਮਤਲਬ ਪੁਲਿਸ ਵਾਸਤੇ, ਸਿਕਿਉਰਿਟੀ ਦਾ ਕੰਮ ਕਰਦੀ ਰਹੀ ਪਹਿਲਾਂ 3 ਸਾਲ, ਤੇ ਹੁਣ ਉਹਨੇ ਕੁਰੈਕਸ਼ਨਲ ਪੀਸ ਆਫਿਸਰ ਦੀ ਜਿਹੜੀ ਜੋਬ ਆ ਉਹਨੇ ਉੱਥੇ ਲਈ ਆ ਜੀ। ਹਾਂਜੀ, ਬੜੀ ਰੱਬ ਦੀ ਕਿਰਪਾ ਜੀ, ਜਿਹੜਾ ਅੱਜ ਕੱਲ੍ਹ ਬੱਚਿਆਂ ਨੂੰ ਕੰਮ ਮਿਲਣਾ ਮੁਸ਼ਕਲ ਹੋਇਆ ਪਿਆ ਉੱਥੇ, ਇਹ ਆ ਵੀ ਜਿਹੜੀ ਸਰਕਾਰੀ ਜੋਬ ਆ ਉਹ ਤਾਂ ਫਿਰ ਬੜੀ ਵਧੀਆ ਗੱਲ ਆ, ਗਾਂ ਪਰਿਵਾਰ ਵਾਸਤੇ ਵੀ ਬੈਨੀਫਿਟ ਆ, ਫਿਰ ਉਹਦੀ ਪੈਨਸ਼ਨ ਵੀ ਲੱਗੇਗੀ, ਤੇ 35 ਸਾਲ ਦੀ ਜੋਬ ਆ, ਫਿਰ ਗਾਂ ਤਰੱਕੀ ਦੇ ਪ੍ਰਮੋਸ਼ਨ ਦੇ ਚਾਂਸ ਵੀ ਹੈ ਨੇ, ਤੇ ਬੱਚਾ ਚਲੋ ਕੁਛ ਨਾ ਕੁਛ ਬਣਨਾ ਚਾਹੁੰਦਾ ਤੇ ਉਹਨੂੰ ਮੌਕਾ ਮਿਲ ਜਾਂਦਾ ਜੀ ਪੂਰਾ। ਮਾਣ ਕਿੰਨਾ ਗਿਆ ਧੀ ਨੇ ਦੇਸ਼ਾਂ ਵਿਦੇਸ਼ਾਂ ਵਿੱਚ? ਹਾਂਜੀ, ਬੜੀ ਖੁਸ਼ੀ ਆ ਜੀ, ਧੀਆਂ ਨੂੰ ਆਪਾਂ ਵਿਤਕਰਾ ਕਰਦੇ ਪਰ ਅਸੀਂ ਅੱਜ ਤੱਕ ਨਹੀਂ ਕੀਤਾ, ਪੜ੍ਹਾਈ ਦੇ ਵਿੱਚ ਵੀ ਉਹਨੂੰ ਪੂਰਾ ਮੌਕਾ ਦਿੱਤਾ, ਕੈਨੇਡਾ ਜਾਣ ਵਾਸਤੇ ਵੀ ਪੂਰਾ ਖਰਚ ਵੱਲੋਂ ਹਰ ਪੱਖ ਤੋਂ ਅਸੀਂ ਉਹਦੀ ਮਦਦ ਕਰਦੇ ਰਹੇ ਹਾਂ,
ਤੇ ਮਤਲਬ ਸਾਨੂੰ ਕੋਈ ਫਰਕ ਮਹਿਸੂਸ ਨਹੀਂ ਹੁੰਦਾ, ਸਾਨੂੰ ਸਗੋਂ ਬਹੁਤ ਖੁਸ਼ੀ ਆ ਵੀ ਅੱਜ ਉਹ ਇਸ ਮੁਕਾਮ ਤੇ ਪਹੁੰਚੀ ਆ। ਮੇਰਾ ਨਾਮ ਰਣਬੀਰ ਕੌਰ ਜੀ, ਬੇਟੀ ਦਾ ਨਾਮ ਕੋਮਲਜੀਤ ਕੌਰ ਜੀ। ਹਾਂਜੀ, ਬੇਟੀ ਨੇ ਬਾਹਰ ਜਾ ਕੇ ਤਰੱਕੀ ਕੀਤੀ, ਚਲੋ ਸਾਨੂੰ ਵਧੀਆ ਲੱਗਦਾ, ਮਾਣ ਮਹਿਸੂਸ ਹੁੰਦਾ ਬੇਟੀ ਤੇ, ਚਲੋ ਉਹਦੀ ਪੜ੍ਹਾਈ ਦਾ ਮੁੱਲ ਪੈ ਗਿਆ ਤੇ ਬਹੁਤ ਚੰਗਾ ਲੱਗਦਾ ਸੁਣ ਕੇ। ਹਾਂਜੀ, ਬਹੁਤ ਮਿਹਨਤ ਕਰਦੀ, ਰਾਤ ਨੂੰ ਦੋ ਦੋ ਢਾਈ ਢਾਈ ਵਜੇ ਤੱਕ ਪੜ੍ਹਦੀ ਰਹਿੰਦੀ ਤੇ ਉਹਦਾ ਸੁਪਨਾ ਸੀ ਮੈਂ ਕੋਈ ਮਤਲਬ ਆਫਿਸਰ ਲਾਈਨ ਲੈਣੀ ਆ, ਇਹ ਨਹੀਂ ਪਤਾ ਕਿ ਉਹਨੇ ਇਸ ਤਰ੍ਹਾਂ ਮਤਲਬ ਪੁਲਿਸ ਵਾਲੀ ਲਾਈਨ 'ਚ ਜਾਣਾ। ਉਹਦਾ ਇੱਕ ਡ੍ਰੀਮ ਸੀ ਕਿ ਮੈਂ ਮਤਲਬ ਆਫਿਸਰ ਲਾਈਨ ਲੈਣੀ ਆ। ਲਾੜਵਾਂ ਦੇ ਅੰਦਰ ਗੋਲੀਬਾਰੀ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਤੋਂ ਪਹਿਲਾਂ ਵੀ ਲਗਾਤਾਰ 4-5 ਵਾਰ ਗੋਲੀਆਂ ਚਲਾਈਆਂ ਜਾ ਚੁੱਕੀਆਂ ਹਨ ਅਤੇ ਦਿਨ ਦਿਹਾੜੇ ਗੋਲੀਬਾਰੀ ਕੌਣ ਕਰ ਰਿਹਾ ਤੇ ਗੋਲੀਆਂ ਚਲਾਉਣ ਪਿੱਛੇ ਕੀ ਹੈ ਅੱਤਵਾਦੀ ਦਾ ਮਕਸਦ? ਇਸ ਤੋਂ ਪਹਿਲਾਂ ਵੀ ਅੰਦਰੋਂ 4-5 ਵਾਰ ਗੋਲੀਆਂ ਚਲਾਈਆਂ ਜਾ ਚੁੱਕੀਆਂ ਹਨ। ਦਿਨ ਦਿਹਾੜੇ ਇਸ ਤਰ੍ਹਾਂ ਦੀ ਗੋਲੀਬਾਰੀ ਜਿੱਥੇ ਪੁਲਿਸ ਲਈ ਸਵਾਰੀਆਂ ਨਿਸ਼ਾਨ ਖੜੇ ਕਰਦੀ ਹੈ, ਉੱਥੇ ਸਨਸਨੀ ਫੈਲਾਉਣ ਵਿੱਚ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਵੀ ਪੈਦਾ ਕਰ ਰਹੀ ਹੈ। 3-4 ਹੋਏ ਜੀ, 3-4 3-4 कौन थे वो लोग, किस चीज पे आए थे? तो मोट बाइक पे थे जी। अच्छा, तीन जने थे जी बाइक पे, एक उतरा था बाइक पे थे, उसने एकदम से फायर कराया और पहचान में नहीं आए। तो आप कितनी देर बाद बाहर निकले? 5-7 मिनट के बाद बाहर निकले जी। अच्छा, लेकिन वो लोग भाग चुके थे या? मैं भाग गए थे जी, मोटर बाइक पे, बाइक स्टार्ट थी। तो आप ही कमरा है यहाँ पर? ये हाँ घर है जी अपना। तो कोई कुछ किसी पे कोई ਸਾਕ ਹੋ, ਕੁਛ ਹੋ ਵੀ, ਕੋਈ ਪੁਰਾਣੀ ਰੰਜਿਸ਼ ਹੋ? ਨਹੀਂ ਜੀ, ਦੇਖੋ ਵੈਸੇ ਤਾਂ ਕੋਈ ਰੰਜਿਸ਼ ਹੈ ਨਹੀਂ ਹੈ, ਪਹਿਲੇ ਜੋ ਥੀ ਉਹ ਤਾਂ ਨਿਮਟ ਗਿਆ ਤਾਂ ਮਾਰਾ, ਕੋਈ ਰੋਲਾ ਥਾ ਨਹੀਂ ਦੇਖੋ। ਲੇਕਿਨ ਅਭੀ ਆਪਕੋ ਕੁਛ ਪਤਾ ਨਹੀਂ ਅਭੀ ਇਹ ਗੋਲੀਆਂ ਚਲਾਣੇ ਵਾਲੇ ਕੌਣ ਥੇ? ਚਲਾਣੇ ਵਾਲੇ ਕੌਣ ਹੈ? ਤੋ ਮੇਰੇ ਕੋ ਸੂਚਨਾ ਮਿਲੀ ਥੀ ਕਿ ਭਾਈ ਰਾਜੇਸ਼ ਕੁਮਾਰ ਹੈ ਯਹਾਂ ਪੇ ਕੋਈ, ਉਸਕੀ ਦੁਕਾਨ ਯਹਾਂ ਪੇ, ਮਕਾਨ ਦੁਕਾਨ ਜੋ ਵੀ ਹੈ ਕਿ ਯਹਾਂ ਪੇ ਵੀ ਫਾਇਰਿੰਗ ਹੋਆ ਹੈ। ਅਭੀ ਯਹਾਂ ਪਰ ਮੌਕੇ ਪਹੁੰਚੇ, ਜਿਨ ਸੇ ਪੁੱਛਤਾਛ ਕਰੀ ਹੈ, ਔਰ ਅਭੀ ਇਹ ਮੌਕੇ ਪਰ 5 ਖੋਲ ਪੜੇ ਹੈ, 5 ਫਾਇਰ ਹੋਏ ਹੈ, 2 ਖੋਲ ਅਭੀ ਸੇ ਦਰਵਾਜ਼ੇ ਮੇ ਲਗੇ ਹੋਏ ਹੈ। ਅਭੀ ਜਾਂਚ ਜਾਰੀ ਹੈ, ਕੌਣ ਹੈ ਕੌਣ ਹੈ, ਉਹ ਕੈਮਰੇ ਵਗੈਰਾ ਚੈੱਕ। ਫਾਇਰ ਕਰਨੇ ਵਾਲੋ ਕਾ ਪਤਾ ਲਗਾ ਹੈ ਕੌਣ ਥੇ? ਅਭੀ ਅਭੀ ਕੋਈ ਪਤਾ ਨਹੀਂ ਲੱਗਾ, ਗੱਲ ਚੱਲ ਰਹੀ ਹੈ। ਵਿਕਾਸ ਭਾਰਤ ਜਨ ਸੰਕਲਪ ਯਾਤਰਾ ਸੋਮਵਾਰ ਨੂੰ ਲਾਂਡਵਾ ਉਪ ਮੰਡਲ ਦੇ ਸ਼ੇਰਪੁਰਾ, ਬੋਧੀ, ਛਪਰਾ ਤੇ ਦਬਖੇੜਾ ਪਿੰਡਾਂ ਵਿੱਚ ਪਹੁੰਚੀ। ਸਾਬਕਾ ਵਿਧਾਇਕ ਡਾਕਟਰ ਪਵਨ ਸੈਣੀ ਨੇ ਯਾਤਰਾ ਦਾ ਇਹਨਾਂ ਪਿੰਡਾਂ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਤੇ ਨਾਗਰਿਕਾਂ ਨੂੰ ਵਿਕਾਸ ਭਾਰਤ ਦੀ ਸਹੁੰ ਚੁਕਾਈ। ਸਾਬਕਾ ਵਿਧਾਇਕ ਨੇ ਕਿਹਾ ਕਿ ਸਰਕਾਰ ਨੇ ਸਿਸਟਮ ਬਦਲ ਕੇ ਪਾਰਦਰਸ਼ੀ ਪ੍ਰਸ਼ਾਸਨ ਦਿੱਤਾ ਹੈ। ਸੰਕਲਪ ਯਾਤਰਾ ਦੌਰਾਨ ਯੋਗ ਨਾਗਰਿਕਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤੇ ਜਾ ਰਹੇ ਹਨ। ਜਿਹੜੇ ਲਾਭਪਾਤਰੀ ਰਹਿ ਗਏ ਹਨ ਉਹਨਾਂ ਦੀਆਂ ਅਰਜ਼ੀਆਂ ਵੀ ਮੌਕੇ ਤੇ ਬਣਾਈਆਂ ਜਾ ਰਹੀਆਂ ਹਨ। जिन भी ग्राम वासियों की किसी की फैमिली आईडी में कोई त्रुटि है या किसी को खेती से संबंधित किसी कोई समस्या है या किसी के राशन से संबंधित, किसी की पेंशन से संबंधित या किसी भी किसी प्रकार की कोई समस्या है, उस समस्या का समाधान करने के लिए सारे अधिकारी अपने बीच में पहुँचे हैं। और माननीय मोदी जी की जो गारंटी वाली गाड़ी है, इसमें लोगों को सारा कुछ बताया जाता है, किस प्रकार की योजनाएँ गरीब परिवार को, एक परिवार को मूलभूत आवश्यकताएँ क्या होनी चाहिए थी, और वो नरेंद्र मोदी जी ने पूरा करने का काम किया है। चाहे हर घर नल से जल, ऐसा कोई घर नहीं जिसे घर में पानी जो है ना नहीं पहुंचाया टूटी से, सबके घर में रोज सही गैस का कनेक्शन है, धुएं से मुक्त करने का काम किया रसोई, आयुष्मान कार्ड की योजना का लाभ मिल रहा है, 24 घंटे बिजली माननीय मुख्यमंत्री मनोहर लाल जी ने उनके प्रयासों से आज पूरे गाँव में 24 घंटे बिजली है। तो ऐसी कल्याणकारी योजनाएँ जिनका लोगों को, जो पात्र व्यक्ति को लाभ मिलना चाहिए और लोगों को जानकारी देने के लिए सारी जो है ना ये गाड़ी
ये एलईडी बताने का काम करती है। मैं पुनः माननीय मनोहर लाल खबर कल फिर मिलेंगे इसे समय इसे चैनल के तत्क लिए कुलवंत सिंह गिल इजाजत दे दो रब रखा।